ਮਾਲਵਾ ਬੈਡਲਿਵ ਚੈਨਲ ਤੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਰੇ ਪੈਨਪਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਬਹੁਤ ਹੀ ਇੰਪੋਰਟੈਂਟ ਹੈ ਤੁਹਾਡੇ ਉਹਨਾਂ ਪੈਨਪਰਾਂ ਲਈ ਜਿਨ੍ਹਾਂ ਨੇ ਪੰਜਾਬ ਪੁਲਿਸ ਕਨਸਟੇਬਲ ਦੀਆਂ ਭਰਤੀਆਂ ਭਰੀਆਂ ਨੇ ਤੇ ਤਿਆਰੀ ਕਰ ਰਹੇ ਨੇ ਦਿਨ ਦਾ ਤੱਕ ਕਰਕੇ ਸੋ ਉਹਨਾਂ ਪੈਨਪ੍ਰਾਵਾਂ ਨੂੰ ਮੈਂ ਬੇਨਤੀ ਕਰੂੰਗਾ ਜਿਹੜੇ ਪੈਨਪ੍ਰਾਵਾਂ ਨੇ ਹਜੇ ਤੱਕ ਭਰਤੀ ਨਹੀਂ ਪਰੀ ਕਿਉਂਕਿ ਅੱਜ ਲਾਸਟ ਡੇਟ ਹੈ ਤੁਹਾਨੂੰ ਸਾਰੇ ਪੈਨਪ੍ਰਾਵ ਨੂੰ ਇਹ ਪਤਾ ਹੀ ਹੈ ਸੋ ਮੇਰਾ ਵੀ ਫਰਜ਼ ਬੰਦਾ ਸੀ ਤੁਹਾਨੂੰ ਪਹਿਲਾਂ ਇੱਕ ਵਾਰੀ ਦੱਸ ਦਵਾਂ ਤੇ ਉਸ ਤੋਂ ਵੀ ਪਹਿਲਾਂ ਇੱਕ ਫਰਜ਼ੇ ਵੱਧਦਾ ਬਹੁਤ ਸਾਰੇ ਬੱਚਿਆਂ ਨੂੰ ਮੈਨੂੰ ਮੈਨੂੰ ਮੈਸੇਜ ਆਇਆ ਸੀਗਾ ਵੀ ਦੋਸਤੋ ਵੀ ਅਸੀਂ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਰੈਜ਼ੀਡੈਂਸ ਸਰਟੀਫਿਕੇਟ ਨੂੰ ਲੈ ਕੇ ਬਹੁਤ ਸਾਰੇ ਇਹੋ ਜਿਹੀਆਂ ਗੱਲਾਂ ਮੈਨੂੰ ਆ ਰਹੀਆਂ ਸੋ ਦੋਸਤੋ ਰੈਜ਼ੀਡੈਂਟ ਸਰਟੀਫਿਕੇਟ ਤੁਹਾਡਾ ਡੋਮਿਸਾਈਲ ਨੂੰ ਕਿਹਾ ਜਾਂਦਾ ਹੈ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੀ ਹੈ ਹਨਾ ਮੇਨ ਗੱਲ ਹੈ ਬੱਚੇ ਜਦੋਂ ਫਾਰਮ ਭਰਦੇ ਆ ਉਸ ਦੇ ਵਿੱਚ ਆਪਸ਼ਨਾਂ ਦਿੱਤੀਆਂ ਹੁੰਦੀਆਂ ਸਰਟੀਫਿਕੇਟ ਦੇ ਬਾਰੇ ਪੁੱਛਿਆ ਹੁੰਦਾ ਤੁਸੀਂ ਉਸ ਆਪਸ਼ਨ ਨੂੰ ਨੋ ਵੀ ਕਰ ਸਕਦੇ ਹੋ ਜੇਕਰ ਤੁਸੀਂ ਯੈਸ ਕੀਤੀ ਹੈ ਤਾਂ ਉਸ ਦੇ ਵਿੱਚ ਤੁਸੀਂ ਸਰਟੀਫਿਕੇਟ ਦੀਆਂ ਜਾਣਕਾਰੀਆਂ ਭਰਨੀਆਂ ਹੋਣਗੀਆਂ ਬਾਕੀ ਫੀਮੇਲ ਕੈਂਡੀਡੇਟਸ ਜਿਹੜੇ ਹੁੰਦੇ ਆ ਉਹਨਾਂ ਨੂੰ ਤਾਂ ਜ਼ਰੂਰੀ ਹੋ ਜਾਂਦਾ ਕਿਉਂਕਿ ਉਹ ਬਗਾਨੇ ਘਰ ਵਿਆਹ ਕੇ ਆਈਆਂ ਹੁੰਦੀਆਂ ਇਸੇ ਕਰਕੇ ਇਹਨਾਂ ਨੇ ਇਹ ਸਰਟੀਫਿਕੇਟ ਮੰਗਿਆ ਮੇਬੀ ਜੇ ਕੋਈ ਪੰਜਾਬ ਦੇ ਵਿੱਚ ਵਿਆਹ ਕੇ ਆਈ ਹੈ ਹੋਰ ਸਟੇਟ ਤੋਂ ਤਾਂ ਉਹਨਾਂ ਕੋਲ ਇਹ ਪੰਜਾਬ ਦਾ ਕਾਂ ਉਹਨਾਂ ਨੂੰ ਕਹਿੰਦਾ ਭਾਵੇਂ ਸਿਲੈਕਸ਼ਨ ਮਿਲੂਗੀ ਬਾਕੀ ਦੋਸਤੋ ਜਿਹੜਾ ਸਰਟੀਫਿਕੇਟ ਅਪਲੋਡ ਨਹੀਂ ਕਰਦਾ ਉਹਦੀ ਟੈਨਸ਼ਨ ਫਰੀ ਹੋ ਜਾਵੋ ਮੇਨ ਗੱਲ ਇਹ ਹੈ ਜਦੋਂ ਡਾਕੂਮੈਂਟ ਸਕਰੀਨਿੰਗ ਹੋਊਗੀ ਉਦੋਂ ਤੱਕ ਤੁਹਾਡੇ ਕੋਲ ਹੋ ਜਾਣਾ ਚਾਹੀਦਾ ਜਿਵੇਂ ਕਿ ਆ ਦੇਖੋ ਡੀ ਨੰਬਰ ਜਿਹੜਾ ਹੈਗਾ ਡਾਕੂਮੈਂਟ ਸਕਰੀਨਿੰਗ ਦੇ ਵਿੱਚ ਇੱਕ ਆਪਸ਼ਨ ਦਿੱਤੀ ਹੈ ਜਿਸ ਦੇ ਵਿੱਚ ਕਿਹਾ ਡੋਮਿਸਾਈਲ ਸਰਟੀਫਿਕੇਟ ਜਿਹੜਾ ਇਸ਼ੂ ਕੀਤਾ ਜਾਂਦਾ ਪੰਜਾਬ ਗਵਰਨਮੈਂਟ ਦੁਆਰਾ ਉਹ ਕਿਹੜਾ ਜਨਰਲ ਕੈਟਾਗਰੀ ਵਾਲਿਆਂ ਨੂੰ ਚਾਹੀਦਾ ਹੈ ਉਹ ਵੀ ਫੀਮੇਲ ਕੈਂਡੀਡੇਟਸ ਨੂੰ ਠੀਕ ਹੈ ਜਿਹੜੀ ਅਨ ਰਿਜ਼ਰਵਡ ਕੈਟਾਗਰੀ ਆਪਣੀ ਜਨਰਲ ਕੈਟਾਗਰੀ ਨੂੰ ਹੀ ਕ ਮੇਨ ਗੱਲ ਇਹ ਹੈ ਬਹੁਤ ਸਾਰੇ ਬੱਚੇ ਹੁਣ ਇਸ ਚੀਜ਼ ਨੂੰ ਲੈ ਕੇ ਹੀ ਫਾਰਮ ਨਹੀਂ ਭਰ ਸਕ ਭਰ ਰਹੇ ਹਨ ਦੋਸਤੋ ਅੱਜ ਲਾਸਟ ਡੇਟ ਹੈ ਫਾਰਮ ਭਰਾਓ ਤੇ ਇਹ ਜਿਹੜਾ ਹੈਗਾ ਆਪਸ਼ਨ ਆਪਣੇ ਆਪ ਉਹ ਤੁਹਾਡਾ ਸੈੱਟ ਕਰ ਦੇਣਗੇ ਜੇਕਰ ਤੁਹਾਡੇ ਕੋਲ ਨਹੀਂ ਹੈਗਾ ਜਦੋਂ ਤੁਸੀਂ ਕੰਪਿਊਟਰ ਕੈਫੇ ਤੋਂ ਭਰੋਗੇ ਜਦੋਂ ਤੁਸੀਂ ਘਰ ਦੇ ਵਿੱਚ ਭਰਦੇ ਹੋ ਉਦੋਂ ਤੁਸੀਂ ਉਲਝ ਜਾਂਦੇ ਹੋ ਤੇ ਤੁਹਾਡਾ ਫਾਰਮ ਜਿਹੜਾ ਹੈਗਾ ਨੈਕਸਟ ਨਹੀਂ ਹੁੰਦਾ ਸੋ ਬੇਫਿਕਰ ਹੋ ਜਾਓ ਅੱਧੇ ਤੋਂ ਜ਼ਿਆਦਾ ਪੰਜਾਬ ਨੇ ਫਾਰਮ ਭਰੇ ਆ ਜਿਨ੍ਹਾਂ ਕੋਲ ਬਣੇ ਵੀ ਨਹੀਂ ਉਹ ਵੀ ਫਾਰਮ ਭਰ ਕੇ ਘਰ ਵਿੱਚ ਬੈਠੇ ਕੇ ਤਿਆਰੀਆਂ ਕਰ ਰਹੇ ਨੇ ਸੋ ਤੁਸੀਂ ਇਸ ਦੇ ਪਿੱਛੇ ਹੀ ਆਪਣਾ ਸਾਰਾ ਸਮਾਂ ਗੁਆ ਰਹੇ ਹੋ ਅੱਜ ਤੁਹਾਨੂੰ ਪਤਾ ਹੈ ਆਪਣੀ 4 ਅਪ੍ਰੈਲ ਲਾਸਟ ਡੇਟ ਹੈ ਹਨਾ ਰਾਤ ਦੇ 12 ਮਤਲਬ 11:55 ਤੱਕ ਤੁਹਾਡੇ ਕੋਲ ਆਖਰੀ ਸਮਾਂ ਤੁਹਾਡੇ ਸਾਹਮਣੇ ਦੇਖ ਲਵੋ ਜਿਹੜੇ ਜਿਹੜੇ ਪੈਨਪਰਾਂਵਾਂ ਨੇ ਨਹੀਂ ਭਰੇ ਜਾਂ ਭਰਨੇ ਰਹਿ ਗਏ ਹੈ ਜਾਂ ਜਿਹੜੇ ਸੋਚ ਰਹੇ ਸੀ ਲਾਸਟ ਤਰੀਕਾਂ ਦੇ ਭਰਾਂਗੇ ਲੇਟ ਪੇਪਰ ਹੋਊਗਾ ਉਹਨਾਂ ਸਾਰੇ ਪੈਨਪਰਾਂਵਾਂ ਨੂੰ ਬੇਨਤੀ ਕਰੂੰਗਾ ਪਲੀਜ਼ ਹੁਣ ਸਮਾਂ ਬਹੁਤ ਥੋੜਾ ਹੈ ਹੁਣ ਭਰ ਆਓ ਕੱਲੂ ਕਿਤੇ ਫੀਸ ਨਾ ਤੁਹਾਡੀ ਭਰੀ ਗਈ ਜਾਂ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਗਈ ਫਿਰ ਪਛਤਾਓਗੇ ਇੱਕ ਸਾਲ ਵੀ ਖਰਾਬ ਹੋ ਜਿਹੜਾ ਸਮਾਂ ਤੁਸੀਂ ਪੜਾਈ ਤੇ ਲਾਣਾ ਉਹ ਵੀ ਸਮਾਂ ਤੁਹਾਡਾ ਬਕਾਰ ਜਾਊਗਾ ਸੋ ਇਸੇ ਕਰਕੇ ਕਹਿ ਰਿਹਾ ਫਿਰ ਨਾ ਗਈ ਉਹ ਪੰਜਾਬ ਪੁਲਿਸ ਭਰਤੀ ਚਲੀ ਗਈ ਸੋ ਬੇਨਤੀ ਮੈਂ ਸਾਰਿਆਂ ਨੂੰ ਇਹੀ ਕਰੂਗਾ ਵੀ ਹੁਣ ਜਾ ਕੇ ਆਪਣੇ ਫਾਰਮ ਅਪਲਾਈ ਕਰਿਓ ਕੋਈ ਵੀ ਜ਼ਰੂਰੀ ਕੰਮ ਕਰ ਰਹੇ ਹੋ ਉਹਨੂੰ ਛੱਡ ਕੇ ਸਭ ਤੋਂ ਪਹਿਲਾਂ ਇੰਪੋਰਟੈਂਟ ਇਹ ਜ਼ਰੂਰੀ ਕੰਮ ਹੈ ਗਵਰਨਮੈਂਟ ਸਰਵਿਸ ਇਹ ਨੈਨੋ ਬਿਨਾ 네ਗਟਿਵ ਮਾਰਕਿੰਗ ਤੋਂ 100 ਨੰਬਰ ਦਾ ਪੇਪਰ ਹੋਣਾ ਤੇ ਤੁਸੀਂ ਪੁਲਿਸ ਦੀ ਭਰਤੀ ਜੀ ਕਰੈਕ ਕਰਗੇ ਤਾਂ ساری ਉਮਰ ਦੀ ਵਧੀਆ ਤੁਸੀਂ ਗਵਰਨਮੈਂਟ ਦੇ ਖਾਤੇ ਦੀਆਂ ਰੋਟੀਆਂ ਖਾਓਗੇ ਮੰਨ ਲਓ ਕਹਿੰਦਾ ਪਾਓ ਸਰਕਾਰੀ ਜੋਈ ਬਣ ਜਾਓਗੇ ਹਨਾ ਜੀ ਤੇ ਅਗਲੀ ਗੱਲ ਇਹ ਹੈ ਕਿਉਂਕਿ ਹੋਰ ਕੰਮਾਂ ਨਾਲੋਂ ਮੇਨ ਕੰਮ ਪਹਿਲਾਂ ਫਾਰਮ ਦਾ ਸੀ ਤੁਸੀਂ ਪਹਿਲਾਂ ਜੇਕਰ ਹਜੇ ਤੱਕ ਫਾਰਮ ਨਹੀਂ ਭਰਿਆ ਤਾਂ ਸਭ ਨਾਲੋਂ ਵੱਡੇ ਮੂਰਖ ਤੁਸੀਂ ਹੋਵੋਗੇ ਕਿਉਂਕਿ ਜਿਹੜੀ ਚੀਜ਼ ਆਪਾਂ ਨੂੰ ਇੰਪੋਰਟੈਂਟ ਹੈ ਜਿੰਦੇ ਲਈ ਆਪਾਂ ਸੰਘਰਸ਼ ਕਰ ਰਹੇ ਹਾਂ ਉਹ ਚੀਜ਼ ਦਾ ਜਿਹੜਾ ਮੇਨ ਫਾਰਮ ਹੀ ਨਹੀਂ ਭਰਿਆ ਤਾਂ ਬਹੁਤ ਲੱਕ ਦੀ ਲਾਂਤ ਵਾਲੀ ਗੱਲ ਹੈ ਤੁਹਾਡੇ ਲਈ ਤੇ ਜੇ ਡੋਮਿਸਾਈਲ ਕਰਕੇ ਨਹੀਂ ਭਰਿਆ ਜਾਂਦਾ ਤਾਂ ਪਲੀਜ਼ ਕਰੇ ਨਾ ਅਪਲਾਈ ਕਰਿਓ ਕਿਉਂ ਮੈਂ 50 ਵਾਰ ਤੁਹਾਨੂੰ ਕਿਹਾ ਵੀ ਕਰੇ ਅਪਲਾਈ ਕਰੋਗੇ ਤਾਂ ਤੁਹਾਡੇ ਉੱਤੇ ਪੰਗੇ ਪੈਣੇ ਹੀ ਪੈਣੇ ਆ ਠੀਕ ਹੈ ਸੋ ਇਸੇ ਕਰਕੇ ਬਾਹਰ ਅਪਲਾਈ ਕਰਿਓ ਤੇ ਮੈਂ ਮੈਂ ਬਸ ਅੱਜ ਦੀ ਵੀਡੀਓ ਚ ਇਹੀ ਜਾਣਕਾਰੀ ਦੇਣਾ ਚਾਹਣਾ ਆਇਆ ਸੀਗਾ ਵੀ ਬੱਚੇ ਜਿਹੜੇ ਹੈਗੇ ਆ ਉਹ ਪਲੀਜ਼ ਉਨਾਂ ਜਾ ਕੇ ਫਾਰਮ ਕੰਪਲੀਟ ਕਰਿਆਣ ਤੇ ਕੋਈ ਵੀ ਪ੍ਰੋਬਲਮ ਆਈਏ ਘਬਰਾਣ ਦੀ ਲੋੜ ਨਹੀਂ ਤੁਹਾਨੂੰ ਪੋਰਟਲ ਇੱਕ ਹੋਰ ਆਵੇਗਾ ਜਿਸ ਦੇ ਵਿੱਚ ਤੁਹਾਡੀ ਕੋਈ ਗਲਤੀ ਹੋਈ ਹੈ ਫਾਰਮ ਪਰ ਅੰਦਰਾਂ ਕਿਸੇ ਵੀ ਤਰ੍ਹਾਂ ਦੀ ਕੋਈ ਮਿਸਟੇਕ ਹੋਈ ਹੈ ਉਹ ਤੁਹਾਨੂੰ ਠੀਕ ਕਰਨ ਲਈ ਇੱਕ ਵਾਰੀ ਆਊਗਾ ਠੀਕ ਹੈ ਲਿੰਕ ਜੇਕਰ ਆਇਆ ਤੁਹਾਡੇ ਤੱਕ ਮੈਂ ਜ਼ਰੂਰ ਪਹੁੰਚਾਉਂਗਾ ਕਿਉਂਕਿ ਪਿਛਲੇ ਸਾਲ ਵੀ ਤੁਹਾਨੂੰ ਦੱਸਿਆ ਗਿਆ ਸੀ ਜੇ ਕਿਸੇ ਵੀ ਤਰ੍ਹਾਂ ਦੀ ਗਲਤੀ ਨੂੰ ਠੀਕ ਕਰਾਣਾ ਹੈ ਫਾਰਮ ਦੇ ਵਿੱਚ ਤਾਂ ਪਲੀਜ਼ ਇੱਥੇ ਜਾ ਕੇ ਤੁਸੀਂ ਪੋਰਟਲ ਤੇ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਜਦੋਂ ਆਏ ਆ ਇਹ অপਸ਼ਨ ਤੁਹਾਨੂੰ ਮੈਂ ਜਰੂਰ ਦੱਸੂਗਾ ਮਗਰ ਹੁਣ ਜਿਹੜੇ ਪੈਨਪ੍ਰਾਉਨ ਨੇ ਭਰਿਆ ਉਹ ਵੀ ਦੱਸ ਦਿਓ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਤੇ ਜਿਹੜੇ ਪੈਨਪ੍ਰਾਉਨ ਨੇ ਹਜੇ ਤੱਕ ਨਹੀਂ ਭਰਿਆ ਉਹ ਵੀ ਦੱਸ ਦਿਓ ਤੇ ਰੈਜ਼ੀਡੈਂਸ ਸਰਟੀਫਿਕੇਟ ਵਾਲੇ ਜਿਹੜੇ ਪੈਨਪ੍ਰਾਉਨ ਨੂੰ ਕੋਈ ਇਸ਼ੂ ਆ ਰਿਹਾ ਜਾਂ ਕਿਸੇ ਵੀ ਸਰਟੀਫਿਕੇਟ ਨੂੰ ਇਸ਼ੂ ਆ ਰਿਹਾ ਸੱਚ ਪੁਰਾਣੇ ਸਰਟੀਫਿਕੇਟ ਵੀ ਤੁਸੀਂ ਲਗਾ ਕੇ ਭਰ ਸਕਦੇ ਹੋ ਫਾਰਮ ਘਬਰਾਨ ਦੀ ਲੋੜ ਨਹੀਂ ਜੇ ਇਹ ਅਪਡੇਟ ਹੈ ਚਾਹੀ ਨਹੀਂ ਠੀਕ ਹੈ ਜੀ ਸੋ ਸਾਰੇ ਹੀ ਭੈਣ ਭਰਾ ਪਲੀਜ਼ ਜਾ ਕੇ ਆਪਣੇ ਫਾਰਮ ਭਰਿਆਓ ਤੁਹਾਨੂੰ ਅੱਜ ਪਤਾ ਲੱਗ ਗਿਆ ਵੀ ਆਖਰੀ ਦਿਨ ਹੈ ਤੇ ਹੁਣ ਚਾਹੀ ਜੇ ਭੱਜ ਕੇ ਆਪਣਾ ਇੱਕ ਫਾਰਮ ਕੰਪਲੀਟ ਕਰਨ ਤੋਂ ਬਾਅਦ ਮੈਨੂੰ ਜਰੂਰ ਇਨਫੋਰਮ ਕਰਿਓ ਵੀ ਹਾਂਜੀ ਅਸੀਂ ਫਾਰਮ ਭਰ ਦਿੱਤੇ ਜੇ ਜਿਨ੍ਹਾਂ ਨੇ ਪਹਿਲਾਂ ਹੀ ਭਰ ਦਿੱਤੇ ਉਹ ਪਲੀਜ਼ ਉਹ ਵੀ ਮੈਸੇਜ ਜਰੂਰ ਕਰਿਓ ਤਾਂ ਕਿ ਪਤਾ ਲੱਗ ਸਕੇ ਵੀ ਕਿੰਨੇ ਤੋਂ ਕਿੰਨੇ ਜ਼ਿਆਦਾ ਬੱਚਿਆਂ ਨੇ ਫਾਰਮ ਭਰੇ ਆ ਸੋ ਮਿਲਦੇ ਆਪਾਂ ਅਗਲੀ ਵੀਡੀਓ ਧੰਨਵਾਦ ਤੇ ਮੇਰੇ ਵੱਲੋਂ ਜੈ ਹਿੰਦ